ਸਾਸੀ ਕਾਲਜੀ ਲੋਕਤਾਸ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਕ ਸੁਣਾਉਣ ਵਾਲੇ 2.5 ਸਾਲ ਦਾ ਬੱਚਾ ਗਵਾਚਿਆ ਹੋਇਆ 20 ਸਾਲ ਬਾਅਦ ਮਿਲਿਆ ਉਹਦੇ ਮਾਪਾਪ ਨੂੰ ਜੇ ਆਪਣੀ ਇਹ ਕਹਾਣੀਆਂ ਤੁਹਾਨੂੰ ਚੰਗੀਆਂ ਲੱਗਣ ਤਾਂ ਪਲੀਜ਼ ਅੱਗੇ ਸ਼ੇਅਰ ਕਰਦਿਆ ਕਰੋ ਜਿਹੜੇ ਨਵੇਂ ਭੈਣ ਭਰਾ ਐ ਤਾਂ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਆਪਾਂ ਹੁਣ ਸੁਣਾਉਂਦੇ ਆਂ ਆਪਾਂ ਕਹਾਣੀ ਤਾਂ ਇੱਕ 2.5 ਸਾਲ ਦਾ ਬੱਚਾ ਸੀ ਹੇਮਰਾਜ ਉਹਦੇ ਪਿਤਾ ਦਾ ਨਾਮ ਸੀ ਸੁਨੀਤਾ ਉਹਦੀ ਮਾਂ ਉਹ ਜੋੜੇ ਦਾ 2.5 ਸਾਲ ਦਾ ਬੱਚਾ ਸੀ ਤਾਂ ਗਵਾਲੀਅਰ ਦੇ ਵਿੱਚ ਇੱਕ ਕੀਰਤਨ ਹੋਇਆ ਉਥੇ ਬਹੁਤ ਦੁਨੀਆ ਗਈ ਲੱਖਾਂ ਹੀ ਲੋਗ ਗਏ ਤਾਂ ਉਹ ਵੀ ਗਏ ਕੀਰਤਨ ਸੁਣਨ ਵਾਸਤੇ ਕੋਈ ਪਹੁੰਚੇ ਹੋਏ ਫਕੀਰ ਆਏ ਉਥੇ ਕੀਰਤਨ ਕਰਨ ਤਾਂ ਜਦੋਂ ਇੰਨੀ ਭੀੜ ਭੜਕਾ ਸੀ ਉਹ ਬੱਚੇ ਲੈ ਕੇ ਚਲੇ ਗਏ ਤੇ ਪਤਾ ਨਹੀਂ ਕਿਹੜੇ ਵੇੜੇ ਹੱਥ ਛੁੱਟ ਗਿਆ ਬੱਚੇ ਦਾ ਤਾਂ ਉਹਨਾਂ ਨੂੰ ਬੱਚਾ ਵਿਚਾਰਿਆਂ ਨੂੰ ਮਿਲਿਆ ਨਹੀਂ ਸਾਰੇ ਭਾਲ ਦੇ ਫਰੀ ਜਾਂਦੇ ਆ ਉਹ ਦੋਵੇਂ ਜਾਣੇ ਕਿਸੇ ਨੂੰ ਪੁੱਛਦੇ ਕਦੇ ਕਿਸੇ ਨੂੰ ਉੱਥੇ ਤਾਂ ਇੰਨੀ ਭੀੜ ਸੀ ਤਾਂ ਆਪਣਾ ਦਫੜੀ ਪੈ ਗਈ ਲੋਕਾਂ ਦੀ ਤਾਂ ਸਾਰੇ ਲੱਭ ਲੱਭ ਕੇ ਥੱਕ ਗਏ ਉਹ ਤੇ ਜਿੱਥੇ ਅੰਦਰ ਕੀਰਤਨ ਹੁੰਦਾ ਸੀ कीर्तन हो होटेया ओठे ਲੱਭਦੇ ਫਿਰ ਗਏ ਤਾਂ ਉਹ ਕਿਸੇ ਸਾਧੂ ਨੂੰ ਮਿਲ ਗਿਆ ਬੱਚਾ ਸਾਧੂ ਬਾਹਰ ਜਿੱਥੋਂ ਲੋਕ ਲੰਘ ਰਹੇ ਸੀ ਸਾਧੂ ਉੱਥੋਂ ਪੁੱਛ ਰਿਹਾ ਵੀ ਸ਼ਾਇਦ ਕੋਈ ਮਾਂ-ਬਾਪ ਮਿਲ ਜੇ ਬੱਚੇ ਦਾ ਇੱਥੇ ਤਾਂ ਸਾਧੂ ਉੱਥੇ ਪੁੱਛ ਰਿਹਾ ਤਾਂ ਫਿਰਦੇ ਫਿਰਦੇ ਉਹ ਵਿਚਾਰੇ ਆਪਣੇ ਘਰ ਨੂੰ ਵਾਗੇ ਥੱਕ ਟੁੱਟ ਕੇ ਦੁਖੀ ਮਨ ਨਾਲ ਤੇ ਸਾਧੂ ਨੇ ਸਾਰੇ ਕਿਤੇ ਇੰਨੀ ਪੂਰੀ ਕੋਸ਼ਿਸ਼ કરી ਵੀ ਜੇ ਬੱਚੇ ਨੂੰ ਬੱਚੇ ਦੇ ਮਾਂ-ਬਾਪ ਮਿਲਣ ਬੱਚਾ ਰੋ ਰਿਹਾ ਵਿਚਾਰਾ ਪਰ ਨਹੀਂ ਕਿਤੇ ਨਹੀਂ ਮਿਲੇ ਉਹਨੂੰ ਮਾਂ-ਬਾਪ ਤੇ ਸਾਧੂ ਨਾਲ ਲੈ ਗਿਆ ਚੱਕ ਕੇ ਕਹਿੰਦਾ ਜੋ ਰੱਬ ਦੀ ਰਜ਼ਾ ਹੈ ਠੀਕ ਹੈ। ਤਾਂ ਨਾਲ ਲੈ ਗਿਆ। ਤਾਂ ਉੱਥੇ ਜਾ ਕੇ ਉਹਨੇ ਜੋ ਥੋੜਾ ਜਿਹਾ ਵੱਡਾ ਹੋਰ ਹੋ ਗਿਆ। ਪਹਿਲੇ ਤਾਂ ਬਹੁਤ ਦਿਨ ਰੋਂਦਾ ਰਿਹਾ। ਹੌਲੀ-ਹੌਲੀ ਉਹਨੂੰ ਹੱਥ ਪੈ ਗਈ ਬੱਚੇ ਨੂੰ। ਜਦੋਂ ਹੋ ਗਿਆ 3-3.5 ਦਿਨ ਸਾਲ ਦਾ। ਤੇ ਸਾਧੂ ਆਬੇ ਨੇ ਸਕੂਲ ਲਾਤਾ। ਉਹਨੂੰ ਵਧੀਆ ਸਕੂਲ। ਤੇ ਦੂਜੇ ਸਾਧੂ ਕਹਿਣ ਲੱਗੇ ਵੀ ਬਾਬਾ ਇਹਨੂੰ ਸਕੂਲ ਲਾਉਂਦੇ ਆ ਪਰ ਸਾਧੂ ਬਣਾਵਾਂਗੇ ਆਪਣੇ ਵਰਗਾ। ਆਪਣੇ ਨਾਲ ਹੀ ਇਹ ਫਿਰ ਜਾਊਗਾ। ਤੇ ਉਹ ਕਹਿਣ ਲੱਗੇ ਨਹੀਂ ਭਾਈ ਮੈਂ ਨਹੀਂ ਇਹ ਕਰ ਸਕਦਾ। ਕਹਿੰਦਾ ਮੈਨੂੰ ਪੜ੍ਹਾਉਂਗਾ, ਲਿਖਾਉਂਗਾ, ਵਧੀਆ ਇਨਸਾਨ ਬਣਾਉਂਗਾ। ਜੇ ਪੜ੍ਹ ਲਿਖ ਕੇ ਵੀ ਕਹਿੰਦਾ ਇਹਨੇ ਸਾਧੂ ਬਣਨਾ ਹੋਇਆ ਤੇ ਇਹਦੀ ਮਰਜ਼ੀ ਹੈ ਦੇਖੋ ਸਾਧੂ ਦਾ ਜੀਵਨ ਕਹਿੰਦਾ ਮੈਂ ਜਾਣਦਾ ਵੀ ਕਿੰਨਾ ਔਖਾ ਹੈ ਤਾਂ ਕਹਿੰਦਾ ਮੈਂ ਨਹੀਂ ਇਹਨੂੰ ਇਹੋ ਜਿਹੇ ਸੰਕਟ ਦੇ ਵਿੱਚ ਪਾਉਂਦਾ ਵੱਡਾ ਹੋ ਕੇ ਕਹਿੰਦਾ ਇਹਨੂੰ ਇੰਨੀ ਕੁ ਪਤਾ ਲੱਗ ਜਾਊਗਾ ਵੀ ਕੀ ਬਣਨਾ ਇਹਨੇ ਤਾਂ ਇਹਦੀ ਮਰਜ਼ੀ ਹੈ ਕਹਿੰਦਾ ਮੈਂ ਤੇ ਛੱਡ ਦੂੰਗਾ ਤਾਂ ਉਹਨੇ ਪੜਾਇਆ ਲਿਖਾਇਆ ਵੀਏ ਪਾਸ ਕਰਕੇ ਅੱਗੇ ਪੜ੍ਹਾਈ ਕਰ ਲਈ ਉਹਨੇ ਸਾਰੀ ਆਪ ਦੀ ਤਾਂ ਇਧਰ ਵਿਚਾਰੇ ਇਹ ਨਿਰਾਸ਼ ਹੋ ਕੇ ਆਗੇ ਸੀ ਮਾਪਿਓ ਬੱਚੇ ਦੇ ਹੈ ਮਹਾਰਾਜ ਤੇ 스ਨੀਤਾ ਤਾਂ ਚਲੋ ਤੇ ਨਹੀਂ ਚਾਰ ਸਾਲ ਬਾਅਦ ਰੱਬ ਨੇ ਇਹਨਾਂ ਹੋਰ ਬੇਟਾ ਦਿੱਤਾ। ਬੱਚਾ ਤਾਂ ਹੋ ਗਿਆ ਬਾਕੀ ਪਰਿਵਾਰ ਸਾਰਾ ਭੁੱਲ ਗਿਆ। ਪਰ ਉਹਦੀ ਮੰਮੀ ਕਦੇ ਨਹੀਂ ਭੁੱਲੀ ਸੁਨੀਤਾ ਆਪਦੇ ਬੱਚੇ ਨੂੰ ਅੱਜ ਤੱਕ। ਉਹ ਹਰੇਕ ਜਦੋਂ ਉਹਦੀ ਉਮਰ ਦਾ ਕੋਈ ਬੱਚਾ ਆਉਂਦਾ ਤਾਂ ਉਹਦੇ ਚੋਂ ਆਪਦੇ ਬੱਚੇ ਨੂੰ ਦੇਖਦੀਏ। ਇਹ ਮੇਰਾ ਬੱਚਾ ਵੀ ਐਡਾ ਸੀ। ਇਹ ਮੇਰਾ ਬੱਚਾ ਤਾਂ ਨਹੀਂ ਕਿਤੇ। ਪਾਗਲਾਂ ਦੀ ਤਰ੍ਹਾਂ ਫਿਰਦੀ ਰਹਿੰਦੀ ਉਹ ਸਾਰਾ ਦਿਨ। ਤੇ ਇਹ ਮਰਾਜ ਉਹਨੂੰ ਭੱਜ-ਭੱਜ ਕੇ ਪੈਂਦਾ। ਉਹ ਕਹਿੰਦਾ ਤੂੰ ਕਿਉਂ ਐ ਕਰਦੀ ਐ? ਵੀ ਜਦੋਂ ਹੁਣ ਆਪਣਾ ਬੱਚਾ ਹੈ ਹੀ ਨਹੀਂ ਤੈਨੂੰ ਪਤਾ। ਆਪਣ ਰੱਬ ਨੇ ਹੋਰ ਦੇਤਾ ਕਹਿੰਦਾ ਜੇ ਆਪਣਾ ਬੱਚਾ ਹੋਇਆ ਹੋ ਕਹਿੰਦਾ ਆਪਣੇ ਕਰਮਾਂ ਚ ਹੋਇਆ ਤਾਂ ਕਦੇ ਨਾ ਕਦੇ ਕਹਿੰਦਾ ਮੈਨੂੰ ਮਿਲ ਜੂਗਾ ਆਪਣਾ ਬੱਚਾ ਤਾਂ ਕਹਿੰਦਾ ਤੂੰ ਐਂ ਨਾ ਕਰਿਆ ਕਰ ਬਾਗਲਾ ਵਾਂਗੂ ਕਹਿੰਦਾ ਇੱਥੇ ਬੱਚਾ ਕਿੱਥੇ ਤੂੰ ਹਰੇਕ ਜਿਹਾ ਬੱਚਾ ਦੇਖਦੀ ਐ ਤਾਂ ਜਿਹੜਾ ਮਾਂ ਦਾ ਦਿਲ ਐ ਇਹ ਕਦੇ ਵੀ ਨਹੀਂ ਕਹਿੰਦੇ ਹੁੰਦੇ ਬੱਸ ਵੀ ਇਹ ਨਹੀਂ ਕੋਈ ਸਮਝੌਤਾ ਕਰਦੀ ਨਹੀਂ ਮੇਰਾ ਬੱਚਾ ਹੈਗਾ ਆਊਗਾ ਹਰੇਕ ਚ ਆਉਦੇ ਬੱਚੇ ਦੇਖਦੀ ਐ ਤਾਂ ਇੱਕ ਦਿਨ ਵੀ ਉਥੇ ਪਿੰਡ ਚ ਬਹੁਤ ਰੌਲਾ ਪੈ ਗਿਆ ਜਮੀਨ ਜਮੂਨ ਦਾ ਰੌਲਾ ਹੀ ਗੋੜੀਆਂ ਚੱਲ ਗਈਆਂ ਤੇ ਪੁਲਸ ਆਈ ਤੇ ਪੁਲਸ ਦੇ ਵਿੱਚ ਇੱਕ ਉੱਚਾ ਲੰਮਾ ਸੋਹਣਾ ਖਣੇਦਾਰ ਤਉਹਨੂੰ ਦੇਖੀ ਜਾਂਦੀ ਏ ਬਾਰ-ਬਾਰ ਦੇਖੀ ਜਾਂਦੀ ਤੇ ਜਦੋਂ ਗੱਡੀ 'ਚ ਬੈਠਣ ਲੱਗਿਆ ਪੂਰੀ ਲੋਕਾਂ ਸਾਰਾ ਪਿੰਡ ਇਕੱਠਾ ਹੋਇਆ ਹੋਇਆ ਪਿੰਡ ਦੀ ਭੀੜ ਦੇ ਵਿੱਚੋਂ ਉਹ ਭੱਜੀ ਆ ਇਸ ਨੀਤਾ ਤੇ ਆ ਕੇ ਕਹਿਣ ਲੱਗੀ ਪੁੱਤ ਤੇਰਾ ਕੀ ਨਾਂ ਹੈ ਤਾਂ ਉਹਨੇ ਆਪਦਾ ਨਾਂ ਦੱਸਤਾ ਮੇਰਾ ਨਾਂ ਵਿਛਾਲ ਹੈ ਅੱਛਾ ਨਹੀਂ ਤੇਰੇ ਪਿਓ ਦਾ ਕੀ ਨਾਂ ਹੈ ਉਹਨੇ ਦੱਸਤਾ ਆਪਦੇ ਪਿਓ ਦਾ ਨਾਂ ਕਹਿੰਦਾ ਮੇਰਾ ਪਿਓ ਤਾਂ ਸਾਧੂ ਬਾਬਾ ਹੈ ਕਹਿੰਦੀ ਅੱਛਾ ਕਹੀਂ ਤੇਰੀ ਮਾਂ ਦਾ ਕੀ ਨਾਂ ਐ ਉਹ ਕਹਿੰਦਾ ਮੇਰੀ ਮਾਂ ਛੋਟੇ ਹੁੰਦੇ ਦੀ ਮਰ ਗਈ ਆ ਨਾਂ ਸੀ ਉਹਦਾ ਤਾਂ ਕਹਿੰਦੀ ਠੀਕ ਐ ਤਾਂ ਉਹ ਗੱਡੀ 'ਚ ਬਹਿ ਕੇ ਲੰਘੀ ਇਹ ਬਾਜਾ ਮਾਰਦੀ ਰਹੀ ਮਗਰੋਂ ਇਹ ਕਹੇ ਉਹ ਮੇਰਾ ਪੁੱਤ ਐ ਥਾਣੇਦਾਰ ਐੜ ਤੇ ਇਹ ਮਰਾਜ ਕਹਿਣ ਲੱਗਿਆ ਲੋਕ ਵੀ ਸਾਰੇ ਕਹਿੰਦੇ ਇਹ ਪਾਗਲ ਹੋਈ ਫਿਰਦੀ ਐ ਵੀ ਤੂੰ ਪਾਗਲ ਹੋ ਰਹੀ ਐ ਕਿਉਂ ਦੀ ਬੇਇੱਜ਼ਤੀ ਕਰਾਉਂਦੀ ਫਿਰਦੀ ਐ ਟਿੱਕੇ ਨੀ ਖੜਿਆ ਜਾਂਦਾ ਤੇਰੇ ਤੋਂ ਕਹਿੰਦੀ ਨਹੀਂ ਐ ਮੇਰਾ ਪੁੱਤ ਐ ਉਹਦੋਂ ਗਵਾਂਢੀ ਆ ਗਿਆ ਕੋਈ ਗਵਾਂਢੀ ਸਮਝਦਾਰ ਸੀ ਤੋ ਕਹਿਣ ਲੱਗੇ ਹੇ ਮਹਾਰਾਜ ਨੂੰ ਕਹਿੰਦਾ ਭਾਈ ਸਾਹਿਬ ਵੀ ਦੇਖੋ ਇਹਨੂੰ ਐਂ ਲੱਗਦਾ ਮੇਰਾ ਪੁੱਤ ਐ ਤਾਂ ਇਹਨੂੰ ਥਾਣੇ ਲੈ ਜਾਓ ਉੱਥੇ ਸਾਰੀਆਂ ਗੱਲਾਂ ਬਾਤਾਂ ਕਰਕੇ ਜੇ ਤਾਂ ਤੁਹਾਡਾ ਪੁੱਤ ਹੋਇਆ ਤੁਹਾਨੂੰ ਮਿਲ ਜੂਗਾ ਜੇ ਤੁਹਾਡਾ ਪੁੱਤ ਨਾ ਹੋਇਆ ਤਾਂ ਵੀ ਇਹਦਾ ਮਨ ਖੜ ਜੂਗਾ ਇਹਨੂੰ ਪਤਾ ਲੱਗ ਜੂਵੇ ਆਪਣਾ ਪੁੱਤ ਨਹੀਂ ਹੈਗਾ ਉਹ ਕਹਿੰਦਾ ਚਲੋ ਇਹ ਵੀ ਗੱਲ ਠੀਕ ਐ ਤਾਂ ਉਹ ਨਾਲ ਗਵੰਡੀ ਲੈ ਗਿਆ ਇਹਨੂੰ ਥਾਣੇ ਚਲੇ ਗਿਆ ਥਾਣੇ ਜਾ ਕੇ ਤਾਂ ਫੇਰ ਉਹ ਹੀ ਪੁੱਛਣ ਲੱਗੀ ਉੱਥੇ ਜਾ ਕੇ ਹਣ ਲੱਗੀ ਵੀ ਤੇਰੀ ਮਾਂ ਦਾ ਕੀ ਨਾਂ ਹੈ ਤੇਰੇ ਪਿਓ ਦਾ ਕੀ ਨਾਂ ਹੈ ਤੇਰਾ ਕੀ ਨਾਂ ਹੈ ਕਿੱਥੇ ਰਹਿਣਾ ਤੇਰਾ ਘਰ ਕਿੱਥੇ ਤਾਂ ਉਹ ਭੱਜ ਕੇ ਪੈ ਗਿਆ ਕਹਿੰਦਾ ਮੈਂ ਅੰਦਰ ਕਰ ਦੂੰਗਾ ਕਹਿੰਦਾ ਬਕਵਾਸ ਕਰੀਂ ਇੰਦੇ ਕਦੋਂ ਹੀ ਲੱਗੀ ਉੱਥੇ ਹੀ ਪੁੱਛ ਗਿਆ ਟੀਆ ਮੈਨੂੰ ਕਹਿੰਦਾ ਕਿਉਂ ਵਾਰ-ਵਾਰ ਪੁੱਛਦੀ ਮੇਰਾ ਘਰ ਬਾਰ ਤੂੰ ਕੀ ਲੈਣਾ ਮੇਰੇ ਘਰ ਤੋਂ ਤੈਨੂੰ ਕਹਤਾ ਦੱਸ ਦੱਤਾ ਤੇਰਾ ਮੇਰਾ ਘਰ ਉੱਥੇ ਹੈ ਫਲਾਣੇ ਦਾ ਤੇ ਆਏ ਘਹਿਣ ਨਾਲ ਹੋਰ ਅਫਸਰ ਬੈਠੇ ਹੀ ਗੋਲੇ ਪੁਲਿਸ ਦੇ ਤਾਂ ਕਹਿਣ ਲੱਗੇ ਕੀ ਹੋ ਗਿਆ ਕੀ ਹੋ ਗਿਆ ਇਹ ਕਹਿੰਦੇ ਵੀ ਕੁਝ ਨਹੀਂ ਆਹ ਗੱਲ ਹੈ ਗਵਾਂਡੀ ਨੇ ਸਾਰੀ ਗੱਲ ਸੁਣਾਈ। ਗਵਾਂਡੀ ਕਹਿਣ ਲੱਗੇ ਵੀ ਇਹਨੂੰ 20 ਸਾਲ ਹੋ ਗਏ ਉਹਦਾ ਬੇਟਾ ਕੋWATCHਾ ਹੈ। 20 ਕਰਕੇ ਇਹਨੂੰ ਹਰੇਕ ਜਿਆਦਾ ਬੇਟਾ ਹੀ ਜਾਂਦਾ। ਵੀ ਹੁਣ ਆ ਜਿਹੜਾ ਤੁਹਾਡਾ ਥਾਣੇਦਾਰ ਹੈ। ਥਾਣੇਦਾਰ ਸਾਹਿਬ ਕਹਿੰਦੇ ਇਹਨੂੰ ਐਂ ਲੱਗਦੇ ਮੇਰੇ ਬੇਟੇ। ਤੂੰ ਕਹਿਣ ਲੱਗੇ ਵੀ ਕੁਝ ਵੀ ਹੋ ਸਕਦਾ। ਤਾਂ ਕਹਿਣ ਲੱਗੇ ਨਹੀਂ ਸਾਨੂੰ ਤਾਂ ਉਹ ਕਹਿਣ ਲੱਗੀ। ਵੀ ਜਿਵੇਂ ਕਿਵੇਂ ਕਰਕੇ ਜਿਹੜਾ ਸਾਧੂ ਬਾਬਾ ਕਹਿੰਦੇ ਇਹਦਾ ਪਿਤਾ ਉਹ ਮਲਵਾਓ ਸਾਨੂੰ। ਤੋਂ ਕਹਿੰਦੇ ਕੋਈ ਗੱਲ ਨਹੀਂ ਅਫਸਰ ਕਹਿਣ ਲੱਗੇ ਪੁਲਿਸ ਦੇ ਜਾ ਤੂੰ ਲੈ ਕੇ ਜਾ। ਮਲਵਾ ਕੇ ਲੈ ਆਂਦਾ ਮਾਤਾ ਦਾ ਪਰਮ ਦੂਰ ਹੋ ਜਾਊਗਾ ਤਾਂ ਕਹਿਣ ਲੱਗੇ ਠੀਕ ਐ ਉਹ ਲੈ ਗਿਆ ਜਦੋਂ ਲੈ ਕੇ ਗਿਆ ਉਹ ਆਪਣੀ ਭਗਤੀ ਚ ਬੈਠੇ ਸੀ 2.3 ਘੰਟੇ ਨੇ ਉੱਠੇ ਸਾਧੂ ਤਾਂ ਉਹ ਵਿਚਾਰੇ ਬਾਹਰ ਬੈਠੇ ਰਹੇ ਦੇਖੀ ਗਏ ਜਦੋਂ ਉਹ ਉੱਠੇ ਤਾਂ ਬਾਹਰ ਆਇਆ ਸਾਧੂ ਕਹਿੰਦਾ ਕੀ ਗੱਲ ਐ ਤੇ ਮਾਤਾ ਤਾਂ ਉਹ ਚਰਨਾ ਚ ਬੈ ਗਈ ਚਰਨਾ ਚ ਬੈ ਕੇ ਕਹਿੰਦੀ ਬਾਬਾ ਸੱਚ ਸੱਚ ਦੱਸੀ ਵੀ ਇਹ ਪੁੱਤ ਤੇਰਾ ਐ ਜਾਂ ਤੈਨੂੰ ਕਿਤੋਂ ਮਿਲਿਆ ਬਾਬਾ ਚੁੱਪ ਹੋ ਗਿਆ ਬਾਬਾ ਕੁਝ ਨਹੀਂ ਬੋਲਦਾ ਕਹਿੰਦੀ ਮੇਰਾ ਪੁੱਤ ਜਦੋਂ ਗਵਾਚਿਆ 2.5 ਸਾਲ ਦਾ ਸੀ ਕਹਿੰਦੀ ਅਸੀਂ ਉੱਥੇ ਗਏ ਸੀ ਗਵਾਰਲੀ ਔਰ ਕਹਿੰਦੀ ਵੱਡਾ ਕੀਰਤਨ ਹੋਇਆ ਸੀ ਉਦੋਂ ਬਹੁਤ ਤਾਂ ਕਹਿੰਦੀ ਉੱਥੇ ਅਸੀਂ ਵੀ ਗਏ ਸੀ ਭੀੜ ਵਾਲੀ ਸੀ ਉੱਥੇ ਕਹਿੰਦੀ ਕਿਤੇ ਮੇਰਾ ਪੁੱਤਰ ਉਲ ਗਿਆ ਸੀ ਤਾਂ ਇਹਦੇ ਗੱਲ ਦੇ ਵਿੱਚ ਕਹਿੰਦੀ ਇੱਕ ਚਾਂਦੀ ਦੀ ਉਹ ਪਾ ਕੇ ਜੰਜੀਰੀ ਕਹਿੰਦੀ ਇੱਕ ਤਰਸ਼ੂਲ ਪਾਇਆ ਸੀ ਇਹ ਗੱਲ ਹੋ ਨਿਸ਼ਾਨੀ ਸੀ ਕਹਿੰਦੀ ਅਸੀਂ ਬਹੁਤ ਪਾ ਲਿਆ ਕਹਿੰਦੀ ਵੀ ਪਾਗਲ ਹੋਈ ਫਿਰਦੇ 20 ਸਾਲ ਦੀ ਤਾਂ ਅੱਜ ਕਹਿੰਦੀ ਮੈਨੂੰ ਐਂ ਲੱਗਦਾ ਵੀ ਇਹ ਪੁੱਤ ਮੇਰਾ ਹੈ। ਤਾਂ ਕਹਿੰਦੀ ਬਾਬਾ ਸੱਚ ਦੱਸੀ ਮੇਰੇ ਸਿਰ ਤੇ ਹੱਥ ਰਕੇ। ਤੈਨੂੰ ਇਸ ਪੁੱਤ ਦੀ ਕਸਮ ਕਹਿੰਦੀ। ਸੱਚ ਦੱਸੀ ਇਹਦੀ ਜੋ ਸੱਚ ਹੈ। ਤਾਂ ਬਾਬਾ ਚੁੱਪ ਕਰਕੇ ਪਿੱਛੇ हट ਗਿਆ। ਤੇ ਅੰਦਰ ਗਿਆ। ਅੰਦਰ ਜਾ ਕੇ ਉਹ ਜਿਹੜਾ ਕਿ ਉਹਦੇ ਗੱਲ 'ਚ ਨਿਸ਼ਾਨੀ ਪਾਈ ਹੋਈ ਸੀ ਬਾਬੇ ਨੇ ਸੰਭਾਲ ਕੇ ਰੱਖੀ ਸੀ ਕਿਤੇ। ਤੇ ਬਾਬਾ ਖਾਸੀ देर ਨਹੀਂ ਆਇਆ ਤੇ ਉਹਨਾਂ ਨੂੰ ਵੀ ਡਰ ਹੋ ਗਿਆ। ਵੀ ਕਿਤੇ ਬਾਬਾ ਨਾਰਾਜ਼ ਹੋ ਗਏ ਸਾਡੀਆਂ ਗੱਲਾਂ ਤੋਂ। ਤਾ ਉਹ ਵੀ ਕੋ ਸਮਝ ਸੁਝੀ ਕਰਨ ਲੱਗੇ ਚਲੋ ਬਾਬਾ ਆਇਆ ਹੌਲੀ ਹੌਲੀ ਤੇ ਬਾਬੇ ਨੇ ਲਿਆ ਕੇ ਆਇਆ ਕਰਕੇ ਦਿਖਾਇਆ ਕਹਿੰਦਾ ਵੀ ਇਹ ਸੀ ਇਹਦੇ ਗੱਲ ਚ ਪਾਈਏ ਉਹ ਕਹਿੰਦੀ ਹਾਂ ਕਹਿੰਦਾ ਠੀਕ ਹੈ ਤੇ ਉਹਨੂੰ ਕਹਿਣ ਲੱਗਿਆ ਕਹਿੰਦਾ ਪੁੱਤ ਤੇਰੇ ਮਾਪਿਓ ਮਿਲ ਗਏ ਅੱਜ ਮੈਂ ਤੈਨੂੰ ਸਚਾਈ ਦੱਸਦਾ ਕਹਿੰਦਾ ਜੇ ਤੈਨੂੰ ਮੈਂ ਸਚਾਈ ਦੱਸ ਦਿੰਦਾ ਕਹਿੰਦਾ ਫਿਰ ਤੂੰ ਜਿਉ ਨਹੀਂ ਸਕਦਾ ਤੇਨ ਔਖਾ ਹੋ ਜਾਣਾ ਕਹਿੰਦਾ ਨਾ ਤੈਨੂੰ ਫਿਰ ਵੀ ਮੇਰੇ ਮਾਪਿਓ ਕਿੱਥੇ ਆਉਣਗੇ ਕੌਣ ਹੋਣਗੇ ਇਹ ਵੀ ਨਹੀਂ ਸੀ ਪਤਾ ਕਹਿੰਦਾ ਮੈਂ ਤੈਨੂੰ ਕੀ ਦੱਸਦਾ ਤਾਂ ਕਹਿੰਦੇ ਫਿਰ ਬੰਦੇ ਨੂੰ ਬਹੁਤ ਔਖਾ ਹੋ ਜਾਂਦਾ। ਇਹ ਉਦੋਂ ਪਤਾ ਲੱਗ ਜਾਂਦਾ ਤੈਨੂੰ। ਨਾ ਤੇਥੋਂ ਪੜ੍ਹਾਈ ਲਿਖਾਈ ਹੋਣੀ ਸੀ ਕੁਛ ਨਹੀਂ ਸੋਣਾ। ਸ਼ਾਇਦ ਤੇਰੇ ਅੰਦਰ ਇਹੀ ਚੀਜ਼ਾਂ ਘੁੰਮਦੀਆਂ ਰਹਿੰਦੀਆਂ। ਨਹੀਂ ਮੇਰੇ ਮਾਪਿਓ ਕਿਹੇ ਜੇ ਹੋਣਗੇ, ਕੌਣ ਹੋਣਗੇ ਮੈਂ ਕਿਹਦਾ ਪੁੱਤਾਂ? ਤਾਂ ਕਹਿੰਦੇ ਇਸ ਕਰਕੇ ਮੈਂ ਤੇਨੂੰ ਕੁਛ ਵੀ ਨਹੀਂ ਦੱਸਿਆ ਨਾਲੇ ਮੇਰੇ ਨਾਲ ਦੇ ਸਾਰਿਆਂ ਨੂੰ ਗਿਆ ਸੀ ਵੀ ਭੁੱਲ ਜਾ ਬਸ ਇਹ ਆਪਣਾ। ਤਾਂ ਇਸ ਕਰਕੇ ਕਹਿੰਦਾ ਹੁਣ ਤੂੰ ਆਹਮ ਨਾਲ ਪੜ੍ਹਾਈ ਲਿਖਾਈ ਕਰ ਲਈ ਹੁਣ ਤੇਰੇ ਮਾਪਿਓ ਮਿਲ ਗਏ ਕਹਿੰਦਾ ਇਹਨਾਂ ਨਾਲ ਜਾ। ਤੇ ਉਹ ਕੰਨ ਲੱਗਿਆ ਨਾ ਜੀ ਨਾ ਕਹਿੰਦਾ ਠੀਕ ਹੈ ਕਹਿੰਦਾ ਤੁਹਾਡੇ ਬੱਚੇ ਇਹਨਾਂ ਨਾਲ ਭਗ ਜੂਗਾ ਪਰ ਕਹਿੰਦਾ ਪਹਿਲਾ ਪਿਓ ਤਾਂ ਮੇਰਾ ਇਹ ਸਾਧੂ ਬਾਬਾ ਹੀ ਐ ਕਹਿੰਦਾ ਆ ਪਿਓ ਮੇਰਾ ਬਾਦ ਚ ਕਹਿੰਦਾ ਮੈਂ ਤਾਂ ਤੈਨੂੰ ਹੀ ਜਾਣਦਾ ਬਾਬਾ ਇਹਨਾਂ ਨੂੰ ਤਾਂ ਮੈਂ ਜਾਣਦਾ ਹੰਦੇ ਨਾਲ ਮੈਂ ਤੇਰੇ ਕਹੇ ਜਾ ਰਿਹਾ ਇਹਨਾਂ ਦੇ ਕੋਈ ਗੱਲ ਨਹੀਂ ਤੂੰ ਕਹਿੰਦੇ ਵੀ ਤੇਰੇ ਮਾਪਿਓ ਹੈ ਹੋਣਗੇ ਮੇਰੇ ਮਾਪਿਓ ਪਰ ਕਹਿੰਦਾ ਪਿਆਰ ਤਾਂ ਮੈਨੂੰ ਤੇਰਾ ਹੀ ਆਉਂਦਾ ਹੈ ਕਹਿੰਦਾ ਮੋੜ-ਮੋੜ ਮੈਂ ਤੇਰੇ ਕੋਲ ਹੀ ਆਉਂਗਾ ਕਹਿੰਦਾ ਮੇਰਾ ਤੇਰੇ ਬਿਨਾਂ ਨਹੀਂ ਸਰਦਾ ਕਹਿੰਦਾ ਤੇ ਉਹਨਾਂ ਦੇ ਭਾਈ ਆਪਦਾ ਪੁੱਤ ਮਿਲ ਗਿਆ ਸਾਧੂ ਬਾਬਾ ਵੀ ਆਪਦੇ ਜਿਉਂਦੇ ਜਾਂਦੇ ਸੰਤੁਸ਼ਟ ਹੋ ਗਿਆ ਜਿਹੜਾ ਪੁੱਤ ਪਾਲਿਆ ਸੀ ਉਹਨੂੰ ਸੁਭਾ ਕੇ ਉਹਨੇ ਬਹੁਤ ਵੱਡਾ ਪੁੰਨ ਕਟ ਲਿਆ ਤੇ ਦੇਖੋ ਕਹਿੰਦੇ ਹੁੰਦੇ ਵੀ ਕਈ ਵਾਰ ਕਹਿੰਦੇ ਨਹੀਂ ਜੰਮਣ ਆਏ ਨੂੰ ਕਹਿੰਦੇ ਪਾਲਣ ਵਾਲੇ ਦਾ ਜ਼ਿਆਦਾ ਪਿਆਰ ਕਰਦਾ ਹੈ ਕਿਉਂਕਿ ਉਹਨੂੰ ਪਤਾ ਹੁੰਦਾ ਥੋ ਛੋਟੇ ਛੋਟਾ ਬਿਵੇਂ ਪਾਲਿਆ ਕਿਵੇਂ ਸਾਹਮੇ ਕਿਵੇਂ ਸਾਡੇ ਨਾਲ ਦੁੱਖ ਸੋ ਕਟਿਆ ਜਿਹੜਾ ਪਾਲਦਾ ਵੀ ਪਾਲਣ ਵਾਲੇ ਨੇ ਜ਼ਿਆਦਾ ਪਿਆਰ ਹੁੰਦਾ ਹੈ ਪੈਦਾ ਕਰਨ ਵਾਲੇ ਨਾਲ ਤੇ ਉਹਨੂੰ ਆਪਦੇ ਮਾਪਿਓ ਨਾਲੋਂ ਵੀ ਦੇਖੋ ਸਾਧੂ ਬਾਬੇ ਦਾ ਪਿਆਰ ਸੀ ਜ਼ਿਆਦਾ ਉਹ ਆਪਦੇ ਪਿਓ ਦੇ ਕਹੇ ਵਗ ਗਿਆ ਪਰ ਉਹ ਕਹਿੰਦਾ ਸਾਧੂ ਨੂੰ ਦੇਖ ਜਿੰਨਾ ਮਰਜੀ ਜ਼ੋਰ ਲਾ ਲਿਆ ਕਹਿੰਦਾ ਆਉਂਗਾ ਮੁਰਮੁਰ ਤੇਰੇ ਕੋਲੇ ਕਹਿੰਦਾ ਅਸਲੀ ਬਾਪ ਕਹਿੰਦਾ ਤੂੰ ਐ ਮੇਰਾ ਮੈਂ ਤਾਂ ਤੈਨੂੰ ਜਾਣਦਾ ਕਹਿੰਦਾ ਨਾ ਤਾਂ ਮੈਂ ਨਹੀਂ ਜਾਣਦਾ ਇਹ ਤਾਂ ਤੂੰ ਕਹਿ ਰਿਹਾ ਅੱਜ ਹੀ ਭਾਈ ਤੂੰ ਮੈਨੂੰ ਮਿਲਿਆ ਸੀ ਆਹ ਨਿਸ਼ਾਨੀ ਅੱਜ ਦੱਸ ਰਿਹਾ ਕਹਿੰਦਾ ਤੂੰ ਇਹਨੂੰ ਇੱਕਦਮ ਦੱਸ ਰਿਹਾ ਕਹਿੰਦਾ ਪਹਿਲਾਂ ਕਦੇ ਹੋਣੀ ਹੋਣੀ ਦੱਸਿਆ ਨਹੀਂ ਮੈਨੂੰ ਪਹਿਲਾਂ ਐ ਹੋ ਜੇ ਹਾਂ ਮੇਰੇ ਮਾਪਿਓ ਕੋਈ ਤੇ ਹੋ ਰਿਹਾ ਕੋਈ ਹੋਰ ਹੈ ਤਾਂ ਕਹਿੰਦਾ ਇੱਕਦਮ ਦੱਸ ਰਿਹਾ ਅੱਜ ਤੂੰ ਮੈਨੂੰ ਠੀਕ ਹੈ ਕਹਿੰਦਾ ਮੈਂ ਭੱਗ ਜੂੰਗਾ ਇਹਨਾਂ ਕੋਲੇ ਪਰ ਕਹਿੰਦਾ ਮੈਂ ਤੈਨੂੰ ਤਾਂ ਕਦੇ ਨਹੀਂ ਛੱਡਦਾ ਕਹਿੰਦਾ ਇਹ ਗੱਲ ਕਹਿ ਕੇ ਤਾਂ ਉਹਨਾਂ ਦੇ ਨਾਲ ਵਗ ਗਿਆ ਇਹ ਭਾਈ ਆਪਣੀ ਕਹਾਣੀ ਸੀ ਆਪਣੀ ਸਾਰੀ ਕਹਾਣੀ ਸੁਣਨ ਦਾ ਬਹੁਤ ਬਹੁਤ ਧੰਨਵਾਦ ਜੀ